ਅੱਜ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮੁਕੇਰੀਆਂ ਦੇ ਵਿੱਚ ਇੱਕ CIA ਸਟਾਫ ਦੇ ਸੀਨੀਅਰ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਨਿਊਜ਼ 18 ਦੀ ਟੀਮ ਇਸ ਵਕਤ ਪਹੁੰਚੀ ਹੁਸ਼ਿਆਰਪੁਰ ਦੇ ਉਸ ਸਪੋਟ ਵਾਲੀ ਜਗ੍ਹਾ 'ਤੇ। SSP ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਇਸ ਸਾਈਡ ਜਿਹੜਾ ਪਿੰਡ ਮਨਸੂਰਪੁਰ ਪੈਂਦਾ ਹੈ, ਉੱਥੋਂ ਦਾ ਇੱਕ ਰਾਣਾ ਨਾਮ ਦਾ ਜੋ ਵਿਅਕਤੀ ਸੀ ਉਸ ਦੇ ਉੱਤੇ ਜੋ ਪਹਿਲਾਂ ਵੀ ਕ੍ਰਿਮੀਨਲ ਦੇ ਪਰਚੇ ਦਰਜ ਨੇ, ਅਤੇ ਉਸ CIA ਸਟਾਫ ਅਤੇ ਹੁਸ਼ਿਆਰਪੁਰ ਪੁਲਿਸ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਉਸ ਦੇ ਕੋਲ ਅਨਲੀਗਲ ਵੈਪਨ ਹੋ ਸਕਦਾ ਹੈ, ਅਤੇ ਉਸਦੀ ਰੇਡ ਕਰਨ ਦੇ ਲਈ ਜਦੋਂ CIA ਸਟਾਫ ਦੀ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਇਸ ਸਾਈਡ ਤੋਂ ਜੋ ਰਾਣਾ ਪਿੰਡ ਮਨਸੂਰਪੁਰ ਤੋਂ ਇਸ ਸਾਈਡ ਆ ਰਿਹਾ ਸੀ, ਤਾਂ ਜਿਵੇਂ ਹੀ ਉਸਨੇ ਹੁਸ਼ਿਆਰਪੁਰ ਪੁਲਿਸ ਨੂੰ ਦੇਖਿਆ ਅਤੇ ਉਸਨੇ ਫਾਇਰ ਕਰ ਦਿੱਤੇ। ਇੱਕ ਫਾਇਰ ਜਿਹੜਾ ਕਿ ਅੰਮ੍ਰਿਤਪਾਲ ਦੀ ਛਾਤੀ ਦੇ ਵਿੱਚ ਵੱਜਾ, ਤੁਰੰਤ ਉਸਨੂੰ ਮੁਕੇਰੀਆਂ ਦੇ ਇੱਕ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਲਿਜਾਇਆ ਗਿਆ, ਅਤੇ ਉਸਦੀ ਕੰਡੀਸ਼ਨ ਨੂੰ ਕ੍ਰਿਟੀਕਲ ਦੇਖਦੇ ਹੋਏ ਉੱਥੋਂ ਉਸਨੂੰ ਹੋਰ ਹੋਸਪਿਟਲ ਵਿੱਚ ਰੈਫਰ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿੰਦੇ ਹਾਂ। ਇਸ ਸਾਈਡ ਤੋਂ ਜੋ ਆਰੋਪੀ ਰਾਣਾ ਹੈ ਉਹ ਇਸ ਸਾਈਡ 'ਤੇ ਆ ਰਿਹਾ ਸੀ, ਅਤੇ ਮੂਹਰੇ CIA ਸਟਾਫ ਜੋ ਪੁਲਿਸ ਸੀ ਉਸ ਵੱਲੋਂ ਪਹਿਲਾਂ ਇਹ ਟਰੈਪ ਲਗਾਇਆ ਗਿਆ ਸੀ ਉਸਨੂੰ ਫੜਨ ਦੇ ਲਈ, ਜਿਸ ਤੋਂ ਬਾਅਦ ਉਸ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਹੈ, ਅਤੇ ਫਾਇਰ ਤੋਂ ਬਾਅਦ ਇੱਕ ਗੋਲੀ ਜੋ ਅੰਮ੍ਰਿਤਪਾਲ ਦੇ ਛਾਤੀ ਦੇ ਵਿੱਚ ਲੱਗਦੀ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ। SSP ਹੁਸ਼ਿਆਰਪੁਰ ਸੁਰਿੰਦਰ ਲਾਂਬਾ ਦੇ ਨਾਲ ਵੀ ਗੱਲ ਕੀਤੀ, ਉਹਨਾਂ ਨੇ ਵੀ ਦੱਸਿਆ ਕਿ ਉਸਦੇ ਉੱਤੇ ਪਹਿਲਾਂ ਵੀ 302 ਅਤੇ 307 ਦੇ ਮਾਮਲੇ ਦਰਜ ਨੇ, ਅਤੇ ਉਸਨੂੰ ਜਲਦ ਹੀ ਫੜ ਲਿਆ ਜਾਵੇਗਾ। ਪੂਰੇ ਪਿੰਡ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਅਤੇ ਆਲਾ ਅਧਿਕਾਰੀ ਖੁਦ ਇਸ ਆਪਰੇਸ਼ਨ ਦੀ ਕਮਾਂਡ ਸੰਭਾਲ ਰਹੇ ਨੇ। DSP SSP SHO ਮੌਕੇ 'ਤੇ ਪਹੁੰਚਦੇ ਹਨ। ਦੇਖਣਾ ਹੋਵੇਗਾ ਹੁਣ ਕਦੋਂ ਤੱਕ ਉਸ ਆਰੋਪੀ ਨੂੰ ਫੜ ਲਿਆ ਜਾਵੇਗਾ। ਕੈਮਰਾਮੈਨ ਜੱਸੀ ਦੇ ਨਾਲ ਅਮਰੀਕ ਕੁਮਾਰ, ਨਿਊਜ਼ 18 ਹੁਸ਼ਿਆਰਪੁਰ। ਇੱਕ ਅਨਫੋਰਚੁਨੇਟ ਇੰਸੀਡੈਂਟ ਅੱਜ ਹੋਇਆ ਹੈਗਾ ਜਿਹਦੇ ਵਿੱਚ ਸਾਡੀ CIA ਦੀ ਪੁਲਿਸ ਪਾਰਟੀ ਇੱਕ ਸੀਕਰੇਟ ਇਨਫੋਰਮੇਸ਼ਨ 'ਤੇ, ਜਿਹਦੇ ਵਿੱਚ ਇੱਕ ਸੁਖਵਿੰਦਰ ਰਾਣਾ ਕੋਲ ਇਲੀਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀਗੀ। ਉਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ, ਅਤੇ ਉਹ ਕੁਝ ਦਿਨਾਂ ਪਹਿਲਾਂ ਹੀ ਬੇਲ ਆਊਟ ਆਇਆ ਸੀਗਾ, ਅਤੇ ਉਹਨੂੰ ਐਪਰੀਹੈਂਡ ਕਰਨ ਵਾਸਤੇ ਅਤੇ ਫਰਦਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਵਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀਗੀ। ਅਤੇ ਜਦੋਂ ਸਾਡੀ ਟੀਮ ਉਹਨੂੰ ਫੜਨ ਲੱਗੀ ਹੈਗੀ, ਅਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਹੋਏ ਸਾਡੀ ਟੀਮ 'ਤੇ ਫਾਇਰ ਕੀਤਾ, ਅਤੇ ਇਸ ਫਾਇਰਿੰਗ 'ਚ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕੋਂਸਟੇਬਲ ਅੰਮ੍ਰਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇੰਜਰੀ ਹੋਈ, ਅਤੇ ਉਸ ਤੋਂ ਬਾਅਦ ਉਹਨੇ ਦੂਜੇ ਮੁਲਾਜ਼ਮ 'ਤੇ ਫਾਇਰ ਕੀਤਾ। ਲੱਕੀਲੀ ਉਹ ਬਚ ਗਿਆ ਉਸ ਚੀਜ਼ 'ਤੇ, ਅਤੇ ਉਹਨੂੰ ਕੋਈ ਇੰਜਰੀ ਨਹੀਂ ਹੋਈ। ਅਤੇ ਲੇਟਰ ਔਨ ਜਦੋਂ ਮੁਲਾਜ਼ਮ ਨੂੰ ਅਸੀਂ ਹੋਸਪਿਟਲ ਲੈ ਕੇ ਗਏ, ਅਤੇ ਬਾਅਦ 'ਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਸਾਡਾ ਮੁਲਾਜ਼ਮ ਅੰਮ੍ਰਿਤਪਾਲ ਸੀ। ਅਤੇ ਫਰਦਰ ਜਿਹੜਾ ਹੈਗਾ ਅਸੀਂ ਇਹਨੂੰ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ, ਇਸ 'ਚ FIR ਵੀ ਦਰਜ ਕੀਤਾ ਜਾ ਰਿਹਾ ਹੈਗਾ, ਅਤੇ ਜਿਹੜਾ ਕ੍ਰਿਮੀਨਲ ਹੈਗਾ ਉਹਨੂੰ ਫੜਨ ਦੀ ਭਾਲ ਵੀ ਪੁਲਿਸ ਵੱਲੋਂ ਜਾਰੀ ਹੈ। ਸਰ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰੀਏ, ਗੈਂਗਸਟਰ ਕਿਸਮ ਦਾ ਹੈ ਜਾਂ ਉਹਦੇ ਤਸਕਰ ਅਸਲੀਆ ਦੀ ਤਸਕਰੀ ਕਰਦਾ ਹੈ? ਅਤੇ ਦੋ ਐਜ ਆਫ ਨਾਓ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ ਉਹਦੇ ਦੋ FIR ਦਰਜ ਹੈਗੇ, 302-307 ਦੇ FIR ਕ੍ਰਾਈਮ ਲਈ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ। ਬਾਕੀ ਹੋਰ ਵੀ ਰਿਕਾਰਡ ਅਸੀਂ ਪਤਾ ਕਰ ਰਹੇ ਗਏ ਉਹਦਾ, ਅਤੇ ਹਾਲੇ ਤੱਕ ਜਿਹੜਾ ਹੈਗਾ ਕੋਈ ਕਿਸੇ ਪਰਟੀਕੁਲਰ ਗੈਂਗ ਨਾਲ ਉਹਦਾ ਐਸੋਸੀਏਸ਼ਨ ਸਾਹਮਣੇ ਨਹੀਂ ਆਇਆ ਹੈਗਾ, ਅਤੇ ਉਹ ਇਕੱਲਾ ਹੀ ਉਸ ਟਾਈਮ 'ਤੇ ਮੌਕੇ 'ਤੇ ਸੀਗਾ ਜਦੋਂ ਉਹ ਕ੍ਰਾਈਮ ਕਮਿਟ ਹੋਇਆ ਹੈਗਾ। ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ, ਅਤੇ ਜੋ ਵੀ ਡਿਟੇਲ ਸਾਹਮਣੇ ਆਏਗੀ ਤੁਹਾਡੇ ਨਾਲ ਸਾਂਝਾ ਕਰਾਂਗੇ। ਹੁਣ ਤੱਕ ਕੀ ਕਾਰਵਾਈ ਸਾਹਮਣੇ ਆਈ ਹੈ ਜੀ ਹੁਣ ਤੱਕ ਤੁਹਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ? ਦੇਖੋ, ਸਾਡੇ ਮੁਲਾਜ਼ਮ ਨੇ ਜਿਹੜਾ ਬਹੁਤ ਹੀ ਬਹਾਦਰੀ ਨਾਲ ਜਿਹੜਾ ਹੈਗਾ ਆਪਣੀ ਡਿਊਟੀ ਨਿਭਾਈ, ਅਤੇ ਆਪਣੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਉਹ ਸ਼ਹੀਦ ਹੋਇਆ ਹੈਗਾ। ਪੰਜਾਬ ਪੁਲਿਸ ਦਾ ਜਿਹੜਾ ਇੱਕ ਬਹਾਦਰੀ ਦਾ ਇਤਿਹਾਸ ਹੈਗਾ ਉਹ ਜਿਹੜਾ ਹੈਗਾ ਉਸੀ ਲੜੀ 'ਚ ਜਿਹੜਾ ਹੈਗਾ, ਬਟ ਸਾਨੂੰ ਬਹੁਤ ਦੁੱਖ ਹੈਗਾ, ਬੜਾ ਅਨਫੋਰਚੁਨੇਟ ਇੰਸੀਡੈਂਟ ਹੈਗਾ ਸਾਡੇ ਪਰਿਵਾਰ ਦਾ,
ਮੈਂਬਰ ਹੈਗਾ ਜਿਹਦਾ ਨੁਕਸਾਨ ਸਾਨੂੰ ਹੋਇਆ ਹੈਗਾ, ਅਤੇ ਫਰਦਰ ਜਿਹੜਾ ਹੈਗਾ ਅਸੀਂ ਉਹਦੀ ਭਾਲ 'ਚ ਲੱਗੇ ਹੋਏ ਹੈਗੇ, ਅਤੇ ਕ੍ਰਿਮੀਨਲ ਚਾਹੇ ਜੋ ਮਰਜ਼ੀ ਹੋਏ ਉਹ ਕਾਨੂੰਨ ਤੋਂ ਭੱਜ ਨਹੀਂ ਸਕਦਾ, ਡਿਲੇ ਹੋ ਸਕਦਾ ਹੈਗਾ ਜੀ। ਸਰ ਇਲੀਗਲ ਮੈਂਬਰ ਤਾਂ ਹੋਣ ਸੀ ਘਰ ਦੇ ਉਹਨੇ ਫੈਮਿਲੀ ਮੈਂਬਰ ਕੋ ਓਬਵੀਅਸਲੀ ਓਬਵੀਅਸਲੀ ਉਹਦੇ ਕੋਲ ਤਾਂ ਕੋਈ ਲਾਇਸੈਂਸ ਹੀ ਤਾਂ ਹੈਗਾ ਨਹੀਂ, ਅਤੇ ਉਹਦੇ ਉਹਨੇ ਇਲੀਗਲ ਵੈਪਨ ਯੂਜ਼ ਕਰਕੇ ਫਾਇਰ ਕੀਤਾ ਹੈਗਾ। ਕੁੱਲ ਕਿੰਨੇ ਕਰਾਉਂਡ ਸਰ ਫੈਮਿਲੀ ਮੈਂਬਰ ਕਾਉਂਟ ਕਰਨਾ ਉਹਨਾਂ ਦੇ ਘਰ 'ਚ ਜੀ? ਜਿਹੜੇ ਫਾਇਰ ਕੀਤੇ ਗਏ ਪ੍ਰਾਇਮਰੀ ਜਿਹੜਾ ਸਾਨੂੰ ਆਇਆ ਹੈਗਾ ਉਹ 3 ਰਾਊਂਡ ਉਹਨੇ ਫਾਇਰ ਕੀਤੇ, ਅਤੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਬਾਕੀ ਡਿਟੇਲਸ ਬਾਅਦ 'ਚ ਦੇਵਾਂਗੇ। ਠੀਕ ਹੈ ਸਰ। ਸਾਡੇ ਕੋਲ CIS ਸਟਾਫ ਦਾ ਇੱਕ ਮੈਂਬਰ ਸੀਗਾ ਜਿਹੜਾ ਬੁਲਟ ਇੰਜਰੀ ਨਾਲ ਆਇਆ ਸੀਗਾ, ਜਦੋਂ ਆਇਆ ਸੀ ਰਾਈਟ ਸਾਈਡ 'ਤੇ ਸੀ ਚੈਸਟ 'ਤੇ, ਅਤੇ ਕਾਫੀ ਕ੍ਰਿਟੀਕਲ ਸਿਚੁਏਸ਼ਨ ਸੀ ਉਹਦੇ ਕੋਲ ਇੱਥੇ ਜਦੋਂ ਆਇਆ ਸੀਗਾ, ਅਤੇ ਜੋ ਮੈਕਸੀਮਮ ਐਫਰਟ ਆਪਾਂ ਕਰ ਸਕਦੇ ਸੀਗੇ ਉਹ ਆਪਾਂ ਟ੍ਰੀਟਮੈਂਟ ਦਿੱਤੀ ਹੈ ਇੱਥੋਂ। ਟ੍ਰੀਟਮੈਂਟ ਦੇਣ ਤੋਂ ਬਾਅਦ ਫਿਰ ਸਾਨੂੰ ਲੱਗਿਆ ਕਿ ਪੇਸ਼ੈਂਟ ਦੀ ਹਾਲਤ ਕਾਫੀ ਸੀਰੀਅਸ ਹੋ ਰਹੀ ਹੈ, ਅਤੇ ਹਾਇਰ ਸੈਂਟਰ ਲਈ ਉਹਨੂੰ ਰੈਫਰ ਕਰ ਦਿੱਤਾ ਗਿਆ ਸੀਗਾ, ਅਤੇ ਉਹ ਹਾਇਰ ਸੈਂਟਰ ਲੈ ਗਏ ਆ, ਉੱਥੋਂ ਹੁਣ ਪਤਾ ਲੱਗਿਆ ਵੀ ਪੇਸ਼ੈਂਟ ਆ। ਇੱਕ ਹੀ ਗਨ ਸ਼ਾਟ ਫਾਰ ਦਾ ਟਾਈਮ ਬੀਂਗ ਤਾਂ ਜੀ ਇੱਕੋ ਹੀ ਲੱਗਦਾ ਸੀ, ਬਾਕੀ ਹੁਣ ਪੋਸਟਮਾਰਟਮ ਵਗੈਰਾ ਹੋਏਗਾ, ਐਂਟਰੀ ਬੋਂਡ ਇੱਕੋ ਹੀ ਨਜ਼ਰ ਆ ਰਿਹਾ ਸੀਗਾ, ਅਤੇ ਜਦੋਂ ਪੋਸਟਮਾਰਟਮ ਹੋਏਗਾ ਫਿਰ ਫਾਈਨਲ ਰਿਪੋਰਟ ਉਸ ਤੋਂ ਬਾਅਦ ਪਤਾ। ਕਿਹੜੀ ਸਾਈਡ ਲੱਗੀ ਹੋਈ ਸੀ? ਰਾਈਟ ਸਾਈਡ 'ਤੇ ਸੀ, ਰਾਈਟ ਸਾਈਡ ਚੈਸਟ।